अज 7 जुलाई नूं रात 7:45 बजे साडे जिले दे विच पटियाला जिले विच कोविड दी की स्थिति है उहदे बारे जानकारी दे रहे ने साडे सिविल सर्जन पटियाला डॉक्टर हरीश मल्होत्रा जी। अज सानू 539 सैंपल्स दी रिपोर्ट मिली है, जिस चो 509 नैगेटिव आए ने ते 30 पॉजिटिव आए ने, जिन्हां चो 18 पटियाला शहर दे ने ते 4 जिहड़े हैगे लागले पिंडां दे ने, एक राजपुरा दा, एक नापा दा, 8 समाना दे ने। ते इन्हां चो 18 इहे जे केस ने जिहड़े के कॉन्टैक्ट ट्रेसिंग यानी कि पहले पॉजिटिव आए केसां दे संपर्क वाले केस ने, जिहड़ा कि दर्शांदा है कि कॉन्टैक्ट ट्रेसिंग काफी इफेक्टिवली हो रही है। पर इहदे नाल नाल सानू फिक्र भी है कि इन्ने केस आ रहे ने ते सानू एहतियातां जिहड़ियां वरतनियां बहुत बहुत जरूरी है। इसे लिए असीं बार बार कहने आ कि जिन्ने इंटरस्टेट ट्रैवलर्स आ रहे ने ਉਹ ਪਲੀਜ਼ ਸਾਡੇ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਦਿਓ। ਬਹੁਤ ਕੇਸਿਸ ਸਾਡੀ ਨਿਗਾਹ ਚ ਆ ਰਹੇ ਨੇ ਜਿਹੜੇ ਆਪਣੀ ਆਵਾਜਾਈ ਜਿਹੜੀ ਹੈ ਛੁਪਾ ਰਹੇ ਨੇ, ਇਹ ਕੰਮ ਨਾ ਕਰੋ। ਇਸੇ ਕਰਕੇ ਅੱਜ ਤੋਫਾਨਾ ਮੋੜ ਚ ਵੀ ਜਿਵੇਂ ਕੇਸ ਵਧੇ ਨੇ ਉੱਥੇ ਅਸੀਂ ਮਾਈਕਰੋ ਕੰਟੇਨਮੈਂਟ ਲਾਗੂ ਕਰਤੀ ਹੈ ਗਲੀ ਨੰਬਰ 1-2 ਚ, ਤੇ ਆਨੰਦ ਨਗਰ ਐਕਸਟੈਂਸ਼ਨ ਚ ਵੀ ਅਸੀਂ 2 ਸਟਰੀਟਸ ਚ ਇਹ ਲਾਗੂ ਕਰੀਏ ਮਾਈਕਰੋ ਕੰਟੇਨਮੈਂਟ, ਕਿਉਂਕਿ ਉੱਥੇ ਵੀ ਕੇਸ ਜ਼ਿਆਦਾ ਆ ਗਏ ਸੀ। ਤੇ ਕਿਰਪਾ ਕਰਕੇ ਸਾਰੇ ਸਾਡੇ ਨਾਲ ਕੋਆਪਰੇਟ ਕਰੋ। ਬਾਕੀ ਮਿਸ਼ਨ ਫਤਿਹ ਦੇ ਤਹਿਤ ਸਾਡੇ ਕੋਵਿਡ ਕੇਅਰ ਸੈਂਟਰ ਚੋਂ ਵੀ ਅੱਜ 5 ਮਰੀਜ਼ ਡਿਸਚਾਰਜ ਹੋਏ ਨੇ, ਤੇ ਰਜਿੰਦਰਾ ਹਸਪੀਟਲ ਚੋਂ ਵੀ ਸਾਡੇ ਆਈਸੋਲੇਸ਼ਨ ਫੈਸਿਲਿਟੀ ਤੋਂ 3 ਮਰੀਜ਼ ਰਾਜੀ ਹੋ ਕੇ ਆਪਣੇ ਘਰਾਂ ਨੂੰ ਗਏ ਨੇ। ਅੱਜ ਵੀ ਅਸੀਂ 699 ਸੈਂਪਲ ਲਏ ਨੇ ਤੇ ਕੱਲ ਸਾਡੇ ਸੈਂਪਲਾਂ ਦੀ ਰਿਪੋਰਟ ਆਏਗੀ। ਅਸੀਂ ਹੁਣ ਤੱਕ 26,000 ਤੋਂ ਵੱਧ ਸੈਂਪਲ ਲੈ ਚੁੱਕੇ ਹਾਂ। ਪੋਜ਼ਿਟਿਵ ਕੇਸਾਂ ਦੀ ਗਿਣਤੀ ਹੁਣ 421 ਹੋ ਗਈ ਹੈ, 26 ਹੋ ਗਈ ਹੈ, 436 ਹੋ ਗਈ ਹੈ, ਔਰ 223 ਸਾਡੇ ਐਕਟਿਵ ਕੇਸ ਨੇ, 203 ਕਿਉਰ ਹੋ ਚੁੱਕੇ ਨੇ ਤੇ 10 ਅਨਫੋਰਚੁਨੇਟਲੀ ਦੇਹਾਵਸਾਨ ਹੋ ਗਿਆ ਸੀ। ਤੇ ਇੱਕ ਵਾਰ ਫਿਰ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ, ਗਾਈਡਲਾਈਨਸ ਫਾਲੋ ਕਰੋ, ਇੰਨ ਬਿੰਨ ਪਾਲਣਾ ਕਰੋ, ਔਰ ਡੇਂਗੂ ਦੀ ਵੀ ਸਾਰੀ ਗਾਈਡਲਾਈਨਸ ਪਾਲਣਾ ਕਰੋ। ਜਾਪਦਾ ਇਵੇਂ ਹੈ ਕਿ ਲੋਕ ਥੋੜੇ ਅਵੇਸਲੇ ਹੋ ਗਏ ਨੇ ਤੇ ਇਹ ਸਾਡੇ ਲਈ ਚੰਗਾ ਨਹੀਂ ਹੈ, ਕਿਉਂਕਿ ਜਿਵੇਂ ਕੇਸ ਵੱਧ ਰਿਹਾ ਸ਼ੋ ਕਰਦਾ ਹੈ ਕਿ ਆਫਕੋਰਸ ਸਾਡੀ ਸੈਂਪਲਿੰਗ ਵੀ ਇਫੈਕਟਿਵ ਹੋ ਰਹੀ ਹੈ, ਕੰਟੈਕਟ ਟ੍ਰੇਸਿੰਗ ਵੀ ਹੋ ਰਹੀ ਹੈ, ਪਰ ਕਿਤੇ ਨਾ ਕਿਤੇ ਅਸੀਂ ਜ਼ਰੂਰ ਕੋਈ ਚੀਜ਼ਾਂ ਮਿਸ ਕਰ ਰਹੇ ਹਾਂ। ਥੈਂਕ ਯੂ।